दीनव सिंगला साडे नाल फोन लाइन ते जुड़े ने। दीनव जी, थोड़े ते परचा दर्ज होया, की कहना है? किस जिस शख्स की कुटमार हुई है वो थोड़ा जिक्र कर रहा सी, थोड़े ते इल्जाम लगे ने, इस पूरे घटनाक्रम ते की प्रतिक्रिया, थोड़ा की प्रतिक्रम है? देखो जी, मेरा वर्जन नहीं लिया गया जी, मैनू पूछया नहीं गया कि मैं सीगा उत्थे या कोई होर सी। ठीक है, मैनू तो पत्रकार भरावां तों पता लग्या, कोई वीडियो अच्छा। वायरल हुई है ते मेरे ते एलिगेशन लगे है। एक मैं कहूंगा कि जिहड़ी ऑफिसर्स या जो पुलिस प्रशासन है वो वन साइडेड होके चल रहा है, बायस्ड नेचर दा एक परचा है। तुसी जिथे सारा घटनाक्रम होया है तुसी उत्थे गए सी या उत्थे कोई मौजूद सी या क्यों? मतलब जे तुसी कह रहे हो कि मैं है ही नहीं सी ते फिर किस तरीके नाल होया? मैं ते हुणे जिन्हां ने दर्ज कीता है या जिन्हां ने कंप्लेंट कीती उहनां नूं पुछणा पऊगा जी। मैं इहदे बारे ਕਿਵੇਂ ਕਹਿ ਸਕਦਾ ਕਿ ਮੈਂ ਉੱਥੇ, ਮੈਂ ਤਾਂ ਉੱਥੇ ਪ੍ਰੈਜ਼ੈਂਟ ਹੀ ਨਹੀਂ ਸੀਗਾ। ਜਿੱਥੇ ਵੀ ਹੋਇਆ ਮੈਨੂੰ ਪਤਾ ਨਹੀਂ ਕੌਣ ਬੰਦਾ ਹੈ, ਨਾ ਮੈਂ ਉਹਨੂੰ ਕਦੇ ਮਿਲਿਆ, ਨਾ ਕਦੇ ਉਸ ਏਰੀਏ ਚ ਮੈਂ ਉੱਥੇ ਸੀਗਾ ਉਸ ਟਾਈਮ। ਤੁਹਾਡੇ ਕਿਸੇ ਹੋਰ ਪੜਤਾਲ ਕਰਦੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਸੀ, ਮੈਨੂੰ ਪੁੱਛਦੇ, ਪੁੱਛਤਾਛ ਕਰਦੇ ਕਿ ਮੈਂ ਕਿੱਥੇ ਸੀਗਾ ਉਦੋਂ ਜਾਂ ਮੈਂ, ਮੇਰੀ ਕੀ ਐਕਟੀਵਿਟੀ ਸੀ, ਮੈਂ ਉੱਥੇ ਪ੍ਰੈਜ਼ੈਂਟ ਸੀ ਜਾਂ ਨਹੀਂ ਸੀ। ਫਿਰ ਪਰਚਾ ਕਰਦੇ ਤੱਕ ਮਤਲਬ ਲੱਗਦਾ ਕਿ ਹਾਂ ਪੁਲਿਸ ਨੇ ਜਸਟਿਸ ਕੀਤਾ। ਵਨ ਸਾਈਡਿਡ ਕਿਸੇ ਨੇ ਬਿਆਨ ਦੇਤਾ, ਇੱਕ ਸੀਸੀਟੀਵੀ ਫੁਟੇਜ ਵਾਇਰਲ ਕਰਨ ਤੇ ਉਹਨਾਂ ਨੇ ਪਰਚਾ ਦਿੱਤਾ, ਤਾਂ ਇੱਥੇ ਬਾਇਸਡ ਹੋ ਕੇ ਪੁਲਿਸ ਚੱਲ ਰਹੀ ਹੈ। ਅਸੀਂ ਤਾਂ ਪਹਿਲਾਂ ਵੀ ਹਰ ਰੋਜ਼ ਕੰਪਲੇਂਟਸ ਕਰ ਰਹੇ ਹਾਂ ਕਿ ਇੱਥੇ ਮਨਪ੍ਰੀਤ ਬਾਦਲ ਦੇ ਜੋ ਲਗਾਏ ਹੋਏ ਆਫਿਸਰਸ ਆ ਉਹਨਾਂ ਨੂੰ ਚੇਂਜ ਕੀਤਾ ਜਾਵੇ, ਕਿਉਂਕਿ ਉਹ ਮਤਲਬ ਉਹਨਾਂ ਦੇ ਇਨਫਲੂਐਂਸ 'ਚ ਹੈ, ਕਾਫੀ ਦੇਰ ਤੋਂ ਇੱਥੇ ਤੈਨਾਤ ਨੇ ਜਿਹੜੇ ਜਿਹੜੇ ਪੁਲਿਸ ਆਫਿਸਰ, ਉਹਨਾਂ ਨੂੰ ਚੇਂਜ ਕੀਤਾ ਜਾਵੇ। ਇਹ ਜਿਹੜੀਆਂ ਤਸਵੀਰਾਂ ਨੇ ਦੀਨਵ ਜੀ, ਇਹ ਵੀਡੀਓ ਤਾਂ ਤੁਸੀਂ ਵੀ ਦੇਖੀ ਹੋਣੀ ਹੈ, ਕੌਣ ਬੰਦਾ ਹੈ ਜਿਸਦੀ ਕੁੱਟਮਾਰ, ਜਿਹੜਾ ਬੰਦਾ ਕੁੱਟਮਾਰ ਕਰ ਰਿਹਾ ਹੈ, ਔਰ ਜਿਹੜਾ ਇਹ ਸ਼ਖਸ ਜਿਹੜਾ ਕਾਂਗਰਸ ਦਾ ਪੋਸਟਰ ਲਾ ਰਿਹਾ ਸੀ, ਉਸ ਬੰਦੇ ਦੀ ਇਹ ਕੁੱਟਮਾਰ ਹੋ ਰਹੀ? ਮੈਨੂੰ ਇਹ ਪਤਾ ਕਿ ਮੈਂ ਨਹੀਂ ਸੀ, ਕੌਣ ਸੀ ਇਹ ਪੁਲਿਸ ਨੂੰ ਦੇਖਣਾ ਚਾਹੀਦਾ, ਪੜਤਾਲ ਕਰਨੀ ਚਾਹੀਦੀ ਹੈ, ਜਾਂਚ ਕਰਨੀ ਚਾਹੀਦੀ ਹੈ। ਤੁਹਾਡਾ ਕੋਈ ਜਾਣਕਾਰ ਸੀ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹ ਮੇਰਾ ਕੋਈ ਜਾਣਕਾਰ ਹੈ। ਠੀਕ ਹੈ, ਧੰਨਵਾਦ ਦੀਨਵ ਜੀ ਸਾਡੇ ਨਾਲ ਜੁੜਨ ਲਈ, ਆਪਣਾ ਵਿਊ ਪੁਆਇੰਟ ਦੇਣ ਲਈ। ਤਾਂ ਦੀਨਵ ਸਿੰਗਲਾ ਇਹਨਾਂ ਇਲਜ਼ਾਮਾਂ ਨੂੰ ਨਕਾਰ ਰਹੇ ਨੇ, ਉਹਨਾਂ ਨੇ ਕਿਹਾ ਹੈ ਕਿ ਮੇਰਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਉੱਥੇ ਮੌਜੂਦ ਨਹੀਂ ਸੀ। ਪਰ ਇਹ ਪਰਚਾ ਦਰਜ ਹੋਇਆ ਕਾਂਗਰਸ ਪਾਰਟੀ ਦਾ, ਇੱਕ ਵਰਕਰ ਦੱਸਿਆ ਜਾ ਰਿਹਾ ਜੋ ਕਾਂਗਰਸ ਦੇ ਪੋਸਟਰ ਲਾ ਰਿਹਾ ਸੀ, ਉਸਨੂੰ ਕੁੱਟਿਆ ਗਿਆ, ਉਸਦੀ ਕੁੱਟਮਾਰ ਹੋਈ। ਇਹ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਉਸਨੂੰ ਕੁੱਟ ਰਿਹਾ। ਪਰ ਦੀਨਵ ਸਿੰਗਲਾ ਜਿਹੜੇ ਸਰੂਪ ਚੰਦ ਸਿੰਗਲਾ ਦੇ ਬੇਟੇ ਨੇ, ਉਹ ਕਹਿ ਰਹੇ ਨੇ ਕਿ ਮੈਂ ਉੱਥੇ ਮੌਜੂਦ ਨਹੀਂ ਸੀ। ਕੌਣ ਵਿਅਕਤੀ ਹੈ ਇਹ ਪੁਲਿਸ ਜਾਂਚ ਕਰੇ, ਇਹ ਜਾਂਚ ਦਾ ਵਿਸ਼ਾ ਹੈ, ਪਰ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਆਪਣਾ ਪੱਲਾ ਝਾੜਿਆ ਹੈ ਇਸ ਸਾਰੇ ਘਟਨਾਕ੍ਰਮ ਤੋਂ। ਮੈਂ ਪੋਸਟ ਲਾ ਰਿਹਾ ਸੀਗਾ ਪਰਿੰਦਾ ਰੋਡ 'ਤੇ, ਅਤੇ ਪਹਿਲਾਂ ਦੋ ਕੁ ਮੁੰਡੇ ਆਏ ਸੀ ਮੋਟਰਸਾਈਕਲ 'ਤੇ, ਉਹਨਾਂ ਨੇ ਮੈਨੂੰ ਪਹਿਲਾਂ ਕੁਛ ਨਹੀਂ ਆਖਿਆ, ਉਹ ਖੜ੍ਹੇ ਰਹੇ ਉੱਥੇ। ਅਤੇ ਜਦੋਂ ਮੈਂ ਅੱਗੇ ਪੋਸਟ ਲਾਉਣ ਗਿਆ, ਉਹਨਾਂ ਨੇ ਫੋਨ ਲਾ ਕੇ ਇੱਕ ਦੀਨਮ ਸਿੰਘਲਾ ਨਾਂ ਦੇ ਮੁੰਡੇ ਨੂੰ ਸੱਦਿਆ ਪਹਿਲਾਂ। ਜਦੋਂ ਦੀਨਮ ਸਿੰਘਲਾ ਮਤਲਬ ਉਹ ਆਪ ਹੀ ਸੀ, ਜਦੋਂ ਆਇਆ ਉਹਨੇ ਨਾ ਪੁੱਛਿਆ ਨਾ ਜਾਚਿਆ, ਪਹਿਲਾਂ ਕੁੱਟਣਾ ਸ਼ੁਰੂ ਕਰਤਾ ਸਿੱਧਾ। ਅਤੇ ਜਦੋਂ ਇੱਕੋ ਹੀ ਗੱਲ ਪੁੱਛ ਰਹੀ ਸੀ, ਵਾਰੀ ਤੈਨੂੰ ਭੇਜਿਆ ਕਿ ਨੇ, ਕੀ ਤੋਂ ਪੁੱਛ ਕੇ ਤੂੰ ਪੋਸਟ ਲਾ ਰਿਹਾ ਹੈ, ਤੇਰੇ ਪਿਓ ਦੀ ਸੜਕ ਹੈ, ਇਹੋ ਜਿਹਾ ਕੁਛ ਬੋਲੀ ਜਾਂਦਾ ਸੀ ਮੈਨੂੰ, ਟੰਗ 'ਤੇ ਕੁੱਟੀ ਜਾ ਰਿਹਾ ਸੀਗਾ। ਦੀਨਮ ਜੀ, ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਹੈ ਜਿਹਦੇ ਵਿੱਚ ਤੁਹਾਡੇ 'ਤੇ ਆਰੋਪ ਨੇ ਕਿ ਤੁਸੀਂ ਇੱਕ ਲੜਕੇ ਦੀ ਕੁੱਟਮਾਰ ਕਰ ਰਹੇ ਹੋ ਜਿਹੜਾ ਕਿ ਪੋਸਟਰ ਲਾ ਰਿਹਾ ਹੈਗਾ, ਸੱਚਾਈ ਕੀ ਹੈ? ਮੈਨੂੰ ਕਾਫੀ ਸੋਰਸਿਸ ਤੋਂ ਕਾਲ ਆਈਆਂ, ਪਤਾ ਲੱਗਿਆ ਜੀ ਕਿ ਇਹ ਐਲੀਗੇਸ਼ਨ ਲਾਏ ਗਏ, ਇਹ ਝੂਠੇ ਨੇ ਜੀ, ਇਹ ਹੁਣ ਚੋਣਾਂ ਦਾ ਟਾਈਮ ਹੈ। ਤਾਂ ਚੋਣਾਂ ਦਾ ਮਾਹੌਲ ਹੈ, ਚੋਣਾਂ ਦੇ ਮਾਹੌਲ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਘਟਨਾਕ੍ਰਮ ਨੇ ਉਹ ਅਕਸਰ ਵਾਪਰਦੇ ਨੇ, ਔਰ ਜਿਸ ਤਰੀਕੇ ਨਾਲ ਪੁਲਿਸ ਆਪਣਾ ਕੰਮ ਕਰਦੀ ਹੈ ਜਾਂ ਪੁਲਿਸ ਵੱਲੋਂ ਮਾਮਲੇ ਵੀ ਦਰਜ ਕੀਤੇ ਜਾਂਦੇ ਨੇ, ਬੜੀ ਜ਼ਾਹਿਰ ਜੀ ਗੱਲ ਹੈ ਕਿ ਜਿਹੜੇ ਉਮੀਦਵਾਰ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਅੱਗੇ ਨੋਨ ਜਾਂ ਰਿਸ਼ਤੇਦਾਰ ਹੁੰਦੇ ਨੇ, ਅਕਸਰ ਉਹਨਾਂ 'ਤੇ ਇਲਜ਼ਾਮ ਵੀ ਲੱਗਦੇ ਨੇ, ਔਰ ਜੇ ਕਈ ਵਾਰ ਗਲਤ ਹੋਣ ਤਾਂ ਫਿਰ ਵੀ ਕਿਹਾ ਜਾਂਦਾ ਕਿ ਧੱਕਾ ਹੋ ਰਿਹਾ, ਪਰ ਜੇ ਸਹੀ ਵੀ ਹੋਣ ਤਾਂ ਵੀ ਨਕਾਰਿਆ ਜਾਂਦਾ। ਇਸ ਤਰੀਕੇ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਇਹ ਚੋਣਾਂ ਦੇ ਵਿੱਚ ਬਹੁਤ ਦੇਖਣ ਨੂੰ ਮਿਲਦੀਆਂ ਨੇ। ਅਗਲੀ ਖਬਰ ਦਾ ਰੁੱਖ ਕਰਦੇ ਹਾਂ, ਅਮਲੋਹ ਤੋਂ ਇੱਕ ਚੁਣਾਵੀ ਸਭਾ ਦਾ ਦ੍ਰਿਸ਼ ਦਿਖਾਉਂਦੇ ਆ ਜਿੱਥੇ ਅੱਜ ਹੰਗਾਮਾ ਹੋ ਗਿਆ। ਖੇਤੀਬਾੜੀ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਕਾਕਾ ਰਣਦੀਪ ਸਿੰਘ ਉੱਥੇ ਚੋਣ ਪ੍ਰਚਾਰ ਲਈ ਪਹੁੰਚੇ ਸੀ, ਇੱਕ ਮਹਿਲਾ ਦੇ ਨਾਲ ਤਿੱਖੀ ਬਹਿਸ ਹੋ ਗਈ, ਜਿਸ ਤੋਂ ਬਾਅਦ ਰਣਦੀਪ ਨਾਭਾ ਵੀ ਗੁੱਸੇ 'ਚ ਆ ਗਏ। ਦੱਸਿਆ ਜਾ ਰਿਹਾ ਕਿ ਮਹਿਲਾ ਨੇ ਨੌਕਰੀਆਂ ਦੇ ਮੁੱਦੇ 'ਤੇ ਉਹਨਾਂ ਤੋਂ ਸਵਾਲ ਪੁੱਛੇ, ਜਿਸ 'ਤੇ ਕਾਕਾ ਰਣਦੀਪ ਨਾਭਾ ਵੱਲੋਂ ਜਵਾਬ ਦਿੱਤਾ ਗਿਆ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕਹਿੰਦੇ ਇੱਕ ਮਿੰਟ, ਆਹ ਜਵਾਬ ਮੈਂ ਲੈਣਾ ਚਾਹੁੰਦਾ, ਆਹ ਤੁਹਾਡੇ ਮਾਧਿਅਮ ਦੇ ਜ਼ਰੀਏ ਲੜਦੇ, ਚਲ ਆਏ ਕਰ, ਮੈਂ ਇਲੈਕਸ਼ਨ ਨਹੀਂ ਲੜ ਰਿਹਾ, ਤੂੰ ਨੌਕਰੀ ਛੱਡੀ, ਆਪਾਂ ਸ਼ਰਤ ਲਾ ਲੈਂਦੇ, ਬੋਲ।
बोल सामने में सारे कह रहे हैं संगत चल चलिए अजीत इन हाथ ने 164 यूनिट से दिखा दे नवे वेस्ट पंजाब च अज गोबिंदगढ़ घट्टो घट्ट साढ़े जी पुरानी लेबर से 45,000 से 92,000 लेबर है प्रवासी लेबर जी गोबिंदगढ़ जाके नवी बस दी तो फिर यार नौकरी हूं तू कही मैं जाके देनी तो बच्चे पढ़े लिखे जाके फैक्ट्री रोजगार हासिल कर सकते।